ਤੁਹਾਡੀ ਐਪਲੀਕੇਸ਼ਨ ਵਿੱਚ ਕੀ ਹੋ ਰਿਹਾ ਹੈ ਆਈ ਥੌਟ ਕਿ ਤੁਸੀਂ ਇੱਕ ਮੈਸੇਜ ਦਿੱਤਾ ਸੀ ਕਿ ਬੱਚਾ ਮੇਰੇ ਖਿਆਲ ਕਾਫੀ ਫਾਦਰ ਨੂੰ ਮਿਸ ਕਰ ਰਿਹਾ ਨਾ ਜੀ ਜਸਵੀਰ ਆਵਾਜ਼ ਆ ਰਹੀ ਹਾਂ ਮੇਰੇ ਖਿਆਲ ਹੈ ਕਿ ਕਾਫੀ ਤੁਸੀਂ ਮਿਹਨਤ ਕਰ ਰਹੇ ਹੋ ਮੈਂ ਸੋਚ ਰਿਹਾ ਸੀ ਕਿ ਕਿੱਦਾਂ ਹੁਣ ਐਪਲੀਕੇਸ਼ਨ ਇੰਪਰੂਵ ਕਰਨਾ ਕੀ ਕਰਨਾ ਤੇ ਉਸ ਹਿਸਾਬ ਨਾਲ ਮੈਂ ਕਰ ਰਿਹਾ ਸੀ ਕਿ ਬਈ ਕੀ ਕਰੀਏ ਬਾਕੀ ਤੁਸੀਂ ਬੱਚਾ ਕਦੋਂ ਸੋਚ ਰਿਹਾ ਫਾਦਰ ਨੂੰ ਕਦੋਂ ਆਉਣਾ ਚਾਹੀਦਾ ਕਿ ਮਤਲਬ 6 ਮਹੀਨੇ ਠਹਿਰ ਕੇ ਆ ਨੋ ਸਰ ਉਹ ਤਾਂ ਜੀ ਉਹ ਹਰ ਰੋਜ਼ ਵਿਚਾਰਾ ਨਾ ਜਦੋਂ ਕੋਈ ਉੱਪਰ ਦੀ ਕਰਦੇ ਆ ਐਰੋਪਲੇਨ ਵੀ ਡੰਗਦਾ ਉਹ ਦੋਨੋਂ ਵੇਚ ਪਤਾ ਕੀ ਕਰਦਾ ਮੈਂ ਤੁਹਾਨੂੰ 100 ਰੁਪੀਸ ਦਊਂਗਾ ਮੇਰੇ ਪਾਪਾ ਨੂੰ ਲੈ ਆ ਅੱਛਾ ਅੱਛਾ ਜਸਵੀਰ ਤੁਹਾਨੂੰ ਮੈਂ ਖਬਰ ਦੇਣੀ ਸੀ ਉਹਨਾਂ ਦਾ ਵੀਜ਼ਾ ਲੱਗ ਗਿਆ ਦੱਸਿਆ ਨੀ ਹੈ ਕਿ ਹੋਇਆ ਮੈਂ ਤੁਹਾਨੂੰ ਪਹਿਲਾਂ ਇੱਕ ਖਬਰ ਦੇਣੀ ਸੀ ਤੁਹਾਡੇ ਬੱਚੇ ਨੂੰ ਜਿਹੜੇ ਫਾਦਰ ਨੂੰ ਮਿਸ ਕਰ ਰਹੇ ਹੈ ਤੇ ਜੋ ਤੁਸੀਂ ਕੌਨਫੀਡੈਂਸ ਸ਼ੋਅ ਕੀਤਾ ਜੋ ਤੁਸੀਂ ਟਰਸਟ ਸ਼ੋਅ ਕੀਤਾ ਮੇਰੇ ਤੇ ਐਪਲੀਕੇਸ਼ਨ ਕਰਾਂਗੇ ਮੈਂ ਗਾਰੰਟੀ ਕੋਈ ਨਹੀਂ ਦਿੰਦਾ ਲੇਕਿਨ ਆਈ ਨਿਊ ਕਿ ਸਮਥਿੰਗ ਵਿਲ ਹੈਪਨ ਐਂਡ ਵੀਜ਼ਾ ਉਹਨਾਂ ਦਾ ਅਪਰੂਵ ਹੋ ਚੁੱਕਿਆ ਹੈ ਤੇ ਵਿਦ ਇਨ ਅੱਜ ਜਾਂ ਕੱਲ੍ਹ ਅੱਜ ਸੰਡੇ ਹੈ ਇੱਥੇ ਤੁਸੀਂ ਦੇਖ ਰਹੇ ਹੋ ਐਕਚੁਲੀ ਆਮ ਇਨ ਡੈਲੀ ਰਾਈਟ ਨਾਓ ਸੋ ਉਹਨਾਂ ਨੂੰ ਮੈਂ ਦੇਵਾਂਗਾ ਇੱਕ ਕਾਗਜ਼ ਅਪਰੂਵਲ ਲੈਟਰ ਉਹਨਾਂ ਨੂੰ ਕਹਿਣਾ ਕਿ ਪਾਸਪੋਰਟ ਜਾ ਕੇ ਕੈਨੇਡੀਅਨ ਐਮਬੈਸੀ ਜਾ ਕੇ ਸਬਮਿਟ ਕਰੋ ਤੇ ਵੀਜ਼ਾ ਉਹਨਾਂ ਦੇ 3-4 ਦਿਨ ਚ ਲੱਗ ਕੇ ਆ ਜਾਏਗਾ ਟਿਕਟ ਬੁੱਕ ਕਰੋ ਉਹਨਾਂ ਨੂੰ ਤੁਸੀਂ ਇਮੀਡੀਏਟਲੀ ਵੈਨਕੂਵਰ ਬੁਲਾਓ ਥੈਂਕ ਯੂ ਵੈਰੀ ਮੱਚ ਸਲੀਪ ਈਜ਼ੀ ਰਿਲੈਕਸ ਹੋ ਕੇ ਸੋ ਮੱਚ ਤੇ ਬੱਚੇ ਨੂੰ ਵੀ ਮੇਰੇ ਵੱਲੋਂ ਪਿਆਰ ਦਿਓ ਥੈਂਕ ਯੂ ਟੇਕ ਕੇਅਰ ਬਾਏ ਥੈਂਕ ਯੂ ਬਾਏ